ਹਾਂਜੀ ਤੇ ਚਾਚਾ ਜੀ ਮੇਰੇ ਨੇ ਚਾਚੀ ਜੀ ਤੇ ਇਹਨਾਂ ਮੁੰਡਾ ਬਾਹਰੋਂ ਫੋਨ ਕਰਦਾ ਸੀ ਵਾਰ ਵਾਰ ਕਿ ਮੇਰਾ ਫੋਨ ਬੰਦ ਆ ਕੋਈ ਗੱਲਬਾਤ ਨਹੀਂ ਹੋ ਰਹੀ ਉਹ ਮੈਂ ਦੋ ਤਿੰਨ ਵਾਰ ਫਿਰ ਇੱਥੋਂ ਹੋ ਕੇ ਗਿਆ ਹਾਂ ਅਤੇ ਜਿੰਦੇ ਆ ਵਜਿਆ ਹੁੰਦਾ ਸੀ ਅਤੇ ਮੈਂ ਚਲੋ ਕਿਸੇ ਰਿਸ਼ਤੇਦਾਰ ਦੇ ਗਏ ਦਵਾਈ ਲਿਆਉਣ ਉਹ ਫਿਰ ਚਲੋ 9-10 ਵਜੇ ਆ ਕੇ ਫਿਰ ਵੇਖਿਆ ਉਦੋਂ ਜਿੰਦਾ ਵੱਜਿਆ ਅਤੇ ਫਿਰ ਅਸੀਂ ਚਲੋ ਇੱਕ ਸਰਪੰਚ ਸਾਹਿਬ ਹੋਰ 2-4 ਬੰਦੇ ਲਏ ਅਤੇ ਫਿਰ ਪੁਲਿਸ ਨੂੰ ਤਲਾਹ ਕੀਤੀ ਆ ਉਹ ਆਏ ਨੇ ਅਤੇ ਆ ਕੇ ਆਪਾਂ ਫਿਰ ਇਹਦੀ ਜਾ ਕੇ ਤਾਂ ਦੇਖਿਆ ਵਾ ਨਾਲ ਮੁਲਾਜ਼ਮ ਹੀ ਅਤੇ ਦੇਖਿਆ ਬੋਡੀ ਵੀ ਅਤੇ ਬਸ ਫਿਰ ਅਸੀਂ ਜਿੰਦਾ ਭੰਨਿਆ ਵਾ ਅਤੇ ਫਿਰ ਉੱਪਰ ਗਏ ਹਾਂ ਅਤੇ ਉੱਪਰ ਵੀ ਡੈੱਡ ਬੋਡੀ ਪਈ ਦੋਨੋਂ ਡੈੱਡ ਬੋਡੀਆਂ ਮਤਲਬ ਡੈਥ ਹੋ ਚੁੱਕੀ ਇਹਨਾਂ ਦਾ ਨਾਮ ਲਸਕਰ ਸਿੰਘ ਵਾਈਫ ਆਪਣਾ ਨਾਂ ਹੀ ਹੈ ਅਮਰੀਕ ਕੌਰ ਕਿੰਨੀ ਕੁ ਉਮਰ ਹੋਊਗੀ ਇਹਨਾਂ ਦੀ ਇਹਨਾਂ ਦੀ ਚਾਚਾ ਦੀ ਹੈਗੀ 50-55 ਸਾਲ ਉਹਨਾਂ ਦੀ 45 ਸਾਲ ਇਹ ਕੰਮ ਕੀ ਕਰਦੇ ਸੀ ਪਹਿਲਾਂ ਇਹ ਰਿਟਾਇਰ ਹੋਏ BSL 'ਚ ਅਤੇ ਹੁਣ ਆਪਣਾ ਖੇਤੀਬਾੜੀ ਦਾ ਰਿਟਾਇਰ BSL ਤੋਂ ਇਹ ਤਾਂ ਮਤਲਬ ਸਾਨੂੰ 9 ਤਰੀਕ ਨੂੰ ਪਹਿਲਾਂ ਹੀ ਸਾਨੂੰ 9 ਦਿਨੇ ਮਤਲਬ ਸਾਡੇ ਨਾਲ ਹੀ ਉਦੋਂ ਮੋਟਰ ਤੋਂ ਆਏ ਸੀ ਸ਼ਾਮੀ ਦਾ 7 ਵਜੇ ਉਦੋਂ ਪਹਿਲਾਂ ਸਾਨੂੰ ਟੱਕਰੀ ਬਾਅਦ 'ਚ ਵੀ ਨਹੀਂ ਫਿਰ ਅੱਗਾ ਕੰਟੈਕਟ ਹੋਇਆ ਇਹਨਾਂ ਦਾ ਬੇਟਾ ਕਿਹੜੀ ਜਗ੍ਹਾ ਇਹਨਾਂ ਦਾ ਦੁਬਈ 'ਚ ਮਨ ਸਰਮ ਕਰਦਾ ਸੀ ਰਿਸ਼ਤੇਦਾਰ ਮੈਨੂੰ ਕਰਦੇ ਸੀ ਇਹਨਾਂ ਨੰਬਰ ਦਿੱਤਾ ਸੀ ਅਤੇ ਮੈਂ 4-5 ਵਾਰੀ ਦੇਖਿਆ ਅਤੇ ਜਿੰਦੇ ਕਰਕੇ ਬੰਦ ਹੋਇਆ ਅਤੇ ਫਿਰ ਮੈਂ ਕੋਈ ਨਹੀਂ ਵਧਾਉਣਗੇ ਗੱਲ ਕਰਾ ਦਾਂਗਾ ਸਰ ਫਿਰ ਤੁਸੀਂ ਆਣ ਕੇ ਵੇਖਿਆ ਸਾਰੇ ਤੁਸੀਂ ਪੰਚਾਇਤ ਨੂੰ ਨਾਲ ਲੈ ਕੇ ਪੰਚਾਇਤ ਨਾਲ ਮਤਲਬ ਆਪਣਾ ਅਸੀਂ ਮੁਲਾਜ਼ਮ ਹੀ ਨਾਲ ਫਿਰ ਉਹਨਾਂ ਦੀ ਹਾਜ਼ਰੀ 'ਚ ਲੋਕ ਤੋੜ ਕੇ ਅਤੇ ਫਿਰ ਸਾਰਾ ਗੁੰਮਰਾ ਅਤੇ ਇਹ ਜਿਹੜੇ ਹਾਂਜੀ ਸਰ ਉਹ ਉਹਨਾਂ ਦਾ ਬਾਈਕ ਦਾ ਅਤੇ ਗਲਾ ਘੁੱਟ ਰਿਹਾ ਹਾਂਜੀ ਅਤੇ ਕੱਪੜਾ ਨਾਲੇ ਵੱਜਿਆ ਗਲਾ ਘੁੱਟ ਕੇ ਉਹਨਾਂ ਦੀ ਹੱਤਿਆ ਕੀਤੀ ਆ ਉਹਨਾਂ ਦੇ ਸਿਰ 'ਚ ਰਾਟ ਮਾਰੀ ਜਾਂ ਕਿੱਦਾਂ ਠੀਕ ਹੈ ਇਹ ਕਤਲ ਦਾ ਪਤਾ ਨਹੀਂ ਲੱਗਿਆ ਵੀ ਕਦੋਂ ਦਾ ਹੋਇਆ ਇੱਕ ਦਿਨ ਨਹੀਂ ਸਰ ਉਹ ਕੋਈ ਨਹੀਂ ਠੀਕ ਸਰ 11 ਵਜੇ ਰਾਤੀ 11 ਹਾਂਜੀ ਠੀਕ ਰਾਤ 11:30 ਵਜੇ